ਵਧੀਆ ਅੱਜ ਪਿਰਤ ਪਈ ਆ ਔਰ ਇਹ ਲੋਕਾਂ ਨੂੰ ਫੋਲੋ ਕਰਨਾ ਚਾਹੀਦਾ। ਕਦੇ ਵੀ ਤੁਹਾਡੇ ਕਰੋੜਾਂ ਰੁਪਏ ਖਰਚ ਕੇ ਕੀਤੇ ਵਿਆਹ ਦੇ ਵਿੱਚ ਵੀ ਲੋਕੀ ਕਦੀ ਖੁਸ਼ ਹੋ ਕੇ ਨਹੀਂ ਜਾਂਦੇ, ਜਾਂਦੇ ਇਹੀ ਕਹਿੰਦੇ ਜਾਂਦੇ ਸਾਡੀ ਵਾਰੀ ਤੇ ਭੱਲੇ ਮੁੱਕ ਗਏ ਸੀ। ਕਿੰਨੇ ਕਿਸਾਨਾਂ ਦੇ ਕਰਜ਼ੇ ਥੱਲੇ ਦੱਬੇ ਹੋਣ ਦਾ ਕਾਰਨ ਵੀ ਇੱਕ ਬਹੁਤ ਵੱਡਾ ਇਹ ਵੀ ਹੈ ਕਿ ਸਮਾਜ ਦੀ ਦੇਖਾ ਦੇਖੀ ਜਾਂ ਸਮਾਜ ਦੇ ਕਹਿਣ 'ਤੇ ਗਰੀਬ ਜੱਟ ਨੂੰ, ਗਰੀਬ ਕਿਸਾਨ ਨੂੰ, ਗਰੀਬ ਮਜ਼ਦੂਰ ਨੂੰ ਵੀ ਆਪਣੀ ਬੱਚੀ ਦਾ ਵਿਆਹ ਵੱਡਾ ਕਰਨਾ ਪੈਂਦਾ। ਚਰਨਜੀਤ ਸਿੰਘ ਚੱਲੀ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਦੇ ਬੇਟੇ ਦਾ ਬਹੁਤ ਸਾਦਗੀ ਦੇ ਨਾਲ ਵਿਆਹ ਹੋਇਆ, ਗੋਪੀ ਜੀ ਕਿਸ ਤਰ੍ਹਾਂ ਵੇਖੀ? ਹਾਂ ਬਿਲਕੁਲ ਜੀ, ਮੈਂ ਇਸੇ ਚੀਜ਼ ਦਾ ਅੱਗੇ ਜ਼ਿਕਰ ਕਰਕੇ ਹਾਂ, ਸ਼ਾਇਦ ਤੁਸੀਂ ਉੱਥੇ ਸੀਗੇ, ਕਿ ਇੱਕੋ ਚੀਜ਼ ਸਾਡੇ 'ਚੋਂ ਮੁੱਕਦੀ ਜਾ ਰਹੀ ਸੀ ਜਿਹੜੀ ਸਾਡੀ ਪੰਜਾਬੀਆਂ ਦੀ ਪਹਿਚਾਣ ਸੀ, ਸਾਡੀ ਸਾਦਗੀ, ਸਾਡਾ ਸਾਦਾਪਨ, ਸਾਡੀ ਇੱਕ ਜਿਹੜੀ ਮਿਲ ਵਰਤਨ ਦੀ ਜਿਹੜੀ ਪਹਿਚਾਣ ਸੀ, ਸਾਂਝ ਸੀ, ਉਹ ਇਹ ਗੁਰੂ ਘਰ ਦੇ ਵਿੱਚ ਹੀ ਹੁੰਦੀ ਸੀ ਅਸਲ ਦੇ ਵਿੱਚ, ਜਿਹੜੀ ਕਿ ਕਨਵਰਟ ਹੋ ਕੇ ਹੁਣ ਬਦਲ ਗਈ। ਮੈਰਿਜ ਪੈਲਸਾਂ 'ਚ ਸਟੇਟਸ ਸਿੰਬਲ ਬਣ ਗਏ ਵਿਆਹ, ਔਰ ਉਹ ਵੱਡੇ ਵਿਆਹਾਂ ਨੂੰ ਫੋਲੋ ਕਰਦੇ, ਗਰੀਬ ਬੰਦੇ ਨੂੰ ਵੀ ਮਜਬੂਰੀ 'ਚ ਆਪਣੇ ਬੱਚਿਆਂ ਦੇ ਵਿਆਹ ਜਿਹੜੇ ਨੇ ਵੱਡੇ ਕਰਨੇ ਪੈਂਦੇ ਲੋਕਾਂ ਨੂੰ ਦਿਖਾਉਣ ਵਾਸਤੇ। ਉਹਨਾਂ ਦੇ ਧੀ ਪੁੱਤ ਵੀ ਕਹਿੰਦੇ ਨੇ ਕਿ ਫਲਾਣੇ ਦਾ ਵਿਆਹ ਐਡਾ ਵੱਡਾ ਹੋਇਆ ਸੀ, ਪਾਪਾ ਮੇਰਾ ਵੀ ਇੱਦਾਂ ਹੀ ਕਰਨਾ, ਬਾਪੂ ਮੇਰਾ ਵੀ ਇੱਦਾਂ ਹੀ ਕਰੀ। ਸੋ ਉਹਦੇ ਵਿੱਚ ਬਹੁਤ ਗਰੀਬ ਜਨਤਾ ਦਾ ਨਾਸ ਵੱਜ ਰਿਹਾ ਸੀ। ਮੈਨੂੰ ਲੱਗਦਾ ਕਿ ਇੱਕ ਬਹੁਤ ਵਧੀਆ ਅੱਜ ਪਿਰਤ ਪਈ ਹੈ ਔਰ ਇਹ ਲੋਕਾਂ ਨੂੰ ਫੋਲੋ ਕਰਨਾ ਚਾਹੀਦਾ। ਕਦੇ ਵੀ ਤੁਹਾਡੇ ਕਰੋੜਾਂ ਰੁਪਏ ਖਰਚ ਕੇ ਕੀਤੇ ਵਿਆਹ ਦੇ ਵਿੱਚ ਵੀ ਲੋਕ ਕਦੀ ਖੁਸ਼ ਹੋ ਕੇ ਨਹੀਂ ਜਾਂਦੇ, ਜਾਂਦੇ ਇਹੀ ਕਹਿੰਦੇ ਜਾਂਦੇ ਸਾਡੀ ਵਾਰੀ ਤਾਂ ਭੱਲੇ ਮੁੱਕ ਗਏ ਸੀ। ਲੋਕਾਂ ਨੂੰ ਟਿੱਕੀਆਂ ਦਾ ਹੀ ਪਿਆ ਹੁੰਦਾ, ਇੱਕੋ ਪਲੇਟ ਦੇ ਵਿੱਚ ਟਿੱਕੀਆਂ ਅਤੇ ਗੁਲਾਬ ਜਾਮਣ ਅਤੇ ਰਸ ਮਲਾਈ ਵੀ ਵਿੱਚੇ ਪਵਾ ਕੇ ਵੀ ਉਹ ਖੁਸ਼ ਨਹੀਂ ਹੁੰਦੇ। ਉਹ ਜਿਹੜੀ ਚੀਜ਼ ਮੁੱਕ ਗਈ ਉਹਦੇ 'ਤੇ ਤਵਾ ਲਾਉਂਦੇ ਜਾਣਗੇ, ਪਤਾ ਨਹੀਂ ਕਿੱਥੇ ਸੀ, ਅਸੀਂ ਤਾਂ ਦੇਖੀ ਨਹੀਂ। ਆਈਸਕ੍ਰੀਮ ਕਿਹੜੀ ਪਾਉਣ ਵਾਲੀ ਆਈਸਕ੍ਰੀਮ ਤੁਸੀਂ ਕਹਾਈ ਤਾਂ ਦੇਖੀ ਨਹੀਂ ਕਿਤੇ, ਵੀ ਤੁਹਾਨੂੰ ਹੁਣ ਅੱਗੇ ਲਿਆ ਕੇ ਦਿਖਾਓ, ਦਿਖਾਈਏ ਵੀ ਕਿੱਥੇ ਆਈਸਕ੍ਰੀਮ ਪਈ ਹੈ। ਤੋ ਕਹਿਣ ਦਾ ਮਤਲਬ ਕਿ ਲੋਕਾਂ ਨੇ ਕਦੇ ਖੁਸ਼ ਨਹੀਂ ਹੋਣਾ। ਸੋ ਜਿਹਨੇ ਖੁਸ਼ੀਆਂ ਪ੍ਰਾਪਤ ਕਰਨੀਆਂ ਗੁਰੂ ਘਰ ਦੀਆਂ ਕਰੇ, ਇੱਥੇ ਆ ਕੇ ਕਰੇ, ਮੈਂ ਇਹਨੂੰ ਐਪਰੀਸ਼ੀਏਟ ਕਰਦਾ। ਜਿਹੜਾ ਮਾਈਲਸਟੋਨ ਬਣਿਆਗੇ ਕਾਰਡੀਓਲੋਜੀ ਸਾਹਮਣੇ ਆਊਗੀ, ਇਹਦੇ ਵੱਡੇ ਇੱਕ ਵਿਅਕਤੀ ਵੱਲੋਂ ਸਧਾਰਨ ਵਿਆਹ ਦਾ ਮੈਸੇਜ ਦੇਣਾ, ਤੁਹਾਡੇ ਵਰਗੇ ਲੋਕਾਂ ਨਾਲ ਕਿ ਇੱਥੇ ਜਿਹੜਾ ਸਾਦੇ ਢੰਗ ਦੇ ਨਾਲ ਸ਼ਾਮਿਲ ਹੋਣਾ, ਸੋ ਇਹ ਕਿਤੇ ਨਾ ਕਿਤੇ ਆਮ ਲੋਕਾਂ ਦੇ ਲਈ ਵੀ ਇੱਕ ਇਗਜ਼ਾਮਪਲ ਸੈੱਟ ਬਣ ਗਈ। ਬਹੁਤ ਵੱਡੀ ਇਗਜ਼ਾਮਪਲ ਹੈ ਜੀ, ਜਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਅਨਾਊਂਸ ਕਰ ਦਿੱਤਾ ਗਿਆ ਔਰ ਸਾਰਿਆਂ ਨੂੰ ਮੰਨਣਾ ਵੀ ਪਿਆ ਫਿਰ ਕਿ ਕੋਈ ਸ਼ਗਨ ਦੇਣ ਦੀ ਖੇਚਲ ਨਾ ਕਰੇ, ਕੋਈ ਤੋਹਫੇ ਦੇਣ ਦੀ ਖੇਚਲ ਨਾ ਕਰੇ। ਜੇ ਆਪਾਂ ਸਾਰੇ ਹੀ ਇੱਦਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਇਹਦੇ ਨਾਲ ਸਾਡੇ ਪੰਜਾਬ ਦਾ ਬਹੁਤ ਭਲਾ ਹੋ ਜਾਏਗਾ। ਬਹੁਤ ਸਾਰੇ ਤੁਹਾਨੂੰ ਮੈਂ ਦੱਸਾਂ ਪਿੰਡਾਂ ਦੇ ਵਿੱਚ ਜਿਹੜੀਆਂ ਆਪਾਂ ਨੂੰ ਕਿੰਨੇ ਕਿਸਾਨਾਂ ਦੇ ਕਰਜ਼ੇ ਥੱਲੇ ਦੱਬੇ ਹੋਣ ਦਾ ਕਾਰਨ ਵੀ ਇੱਕ ਬਹੁਤ ਵੱਡਾ ਇਹ ਵੀ ਹੈ ਕਿ ਸਮਾਜ ਦੀ ਦੇਖਾ ਦੇਖੀ ਜਾਂ ਸਮਾਜ ਦੇ ਕਹਿਣ 'ਤੇ ਗਰੀਬ ਜੱਟ ਨੂੰ, ਗਰੀਬ ਕਿਸਾਨ ਨੂੰ, ਗਰੀਬ ਮਜ਼ਦੂਰ ਨੂੰ ਵੀ ਆਪਣੀ ਬੱਚੀ ਦਾ ਵਿਆਹ ਵੱਡਾ ਕਰਨਾ ਪੈਂਦਾ। ਉਹ ਕਰਜ਼ੇ ਮੁੜ ਕੇ ਕਿੰਨੇ ਮੁਸ਼ਤਾਂ ਤੱਕ ਨਹੀਂ ਲੱਥਦੇ ਕਈ ਵਾਰੀ। ਸੋ ਇਹ ਗੰਦਾ ਚੱਲਣ ਅਗਰ ਬੰਦ ਹੋਵੇ ਤਾਂ ਸਾਦਗੀ ਜਿਹੜੀ ਹੈ ਇਹਦੇ ਨਾਲ ਦੁਨੀਆ ਚੱਲੇ ਤਾਂ ਬਹੁਤ ਵਧੀਆ। ਥੈਂਕ ਯੂ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।